ਦੇ ਸਮਾਸੀ ਕੀ ਲੋਕਚੰਦਰ ਕਾਂਤਾ ਦੀ ਗਾਇਕੀ ਦੇ ਇਸ ਕਦਰ دیਵਾਨੇ ਸਨ ਕਿ ਉਹ ਆਪਣੇ ਸਾਰੇ ਕੰਮਕਾਰ ਛੱਡ ਕੇ ਉਹਨਾਂ ਦੇ ਗੀਤਾਂ ਨੂੰ ਸੁਣਨ ਲਈ ਦੂਰ ਦੂਰ ਤੱਕ ਜਾਂਦੇ ਸਨ ਪਰ ਅੱਜ ਇਹ ਗਾਇਕਾ ਗੁੰਮਨਾਮੀ ਦੇ ਸਾਇਹ ਹਿੱਤ ਦਿਨ ਕੱਟਣ ਲਈ ਮਜਬੂਰ ਹੈ ਹਾਲਾਂਕਿ ਚੰਦਰਕਾਂਤਾ ਨੂੰ ਆਪਣੀ ਜ਼ਿੰਦਗੀ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਪਰ ਉਹ ਚਾਹਦੀ ਹੈ ਕਿ ਸਰਕਾਰ ਨੂੰ ਕਲਾਕਾਰਾਂ ਦੀ ਬਾਜ਼ ਜ਼ਰੂਰ ਫੜਨੀ ਚਾਹੀਦੀ ਹੈ ਅਦਾਰਾਜੀਤ ਦੀ ਟੀਮ ਵੱਲੋਂ ਬੀਤੇ ਦਿਨੇ ਉੱਚੇਚੇ ਤੌਰ ਤੇ ਚੰਦਰਕਾਂਤਾ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ। ਆਪਣੀ ਗਾਇਕੀ ਸਫ਼ਰ, ਅਤੇ ਨਿੱਜੀ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਕਰਦੀ ਹੋਈ ਚੰਦਰਕਾਂਤਾ ਕਹਿੰਦੀ ਹੈ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਗਾਇਕੀ ਨੂੰ ਸਮਰਪਿਤ ਕੀਤੀ ਹੈ ਤੇ ਅੱਜ ਵੀ ਗਾਉਣਾ ਉਸਦਾ ਜਨੂਨ ਹੈ। ਮਾਡਲ ਹਾਊਸ ਜਲੰਧਰ 'ਚ ਇਕੱਲੀ ਰਹਿ ਰਹੀ ਚੰਦਰਕਾਂਤਾ ਨੇ ਕਿਹਾ ਕਿ ਉਸਨੇ ਗਾਇਕੀ ਨੂੰ ਹੀ ਆਪਣਾ ਸਾਥੀ ਬਣਾ ਰੱਖਿਆ ਹੈ। ਕਿ ਉਸਦੀ ਕੋਸ਼ਿਸ਼ ਹੈ ਕਿ ਉਹ ਆਖਰੀ ਸਾਥਕ ਆਪਣੀ ਮਾਂ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਲੈ ਕਿੱਥੋਂ ਲਿਆਂਦਾ ਤਨੀਆ ਲੈ ਕਿੱਥੋਂ ਲਿਆਂਦਾ ਜੀਰਾ ਲੈ ਕਿੱਥੋਂ ਲਿਆਂਦਾ ਤਨੀਆ ਲੈ ਕਿੱਥੋਂ ਲਿਆਂਦਾ ਜੀਰਾ ਲੈ ਕਿੱਥੋਂ ਲਿਆਂਦਾ ਨੀ ਛੋਟिए ਨੰਦੇ ਤੇਰਾ ਵਿਰਾਂ ਲੈ ਕਿਥੋਂ ਲਿਆਂਦਾ ਨੀ ਛੋਟिए ਨਣ ਦੇ ਤੇਰਾ ਵਿਰਾਂ ਇੱਥੇ ਨਿਕੰਦ ਜਦੋਂ ਤੁਸੀਂ ਗਾਣਾ ਸ਼ੁਰੂ ਕੀਤਾ ਉਸ ਸਮੇਂ ਔਰਤਾਂ ਬਹੁਤ ਘੱਟ ਇਸ ਖੇਤਰ ਚ ਆਉਂਦੀਆਂ ਸੀ ਤੇ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਤੇ ਤੁਸੀਂ ਅੱਜ ਦੇ ਸਮੇਂ ਨਾਲ ਉਸ ਸਮੇਂ ਨੂੰ ਕਿਸ ਤਰ੍ਹਾਂ ਕੰਪੇਅਰ ਕਰਦੇ ਹੋ ਐਕਚੁਅਲ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਉਦੋਂ ਬਹੁਤ ਸਾਰੇ ਕਲਾਕਾਰ ਆ ਚੁੱਕੇ ਸੀ ਜਿਸ ਸਰਨ ਲਤਾ ਜੀ 비ਬਾ ਪਹਿਨ ਜੀ ਹੋਰ ਬਹੁਤ ਆਪਣਾ ਜਗਮੂਨ ਕੌਰ ਜੀ ਤੇ ਉਸ ਤੋਂ ਬਾਅਦ ਹੀ ਮੇਰਾ ਆਮਦ ਹੋਈ ਤੇ ਮੈਨੂੰ ਕੋਈ ਨਹੀਂ ਕੋਈ ਦਿੱਕਤ ਨਹੀਂ ਆਈ ਹਾਂ ਸ਼ੁਰੂ ਚ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਮੈਂ ਸਟੇਜ ਤੇ ਨਾ ਗਾਵਾਂ ਲੇਕਿਨ ਫਿਰ ਵੀ ਮੈਨੂੰ ਬਚਪਨ ਤੋਂ ਹੀ ਇੱਕ ਮੈਨੂੰ ਇਸ਼ਕ ਸੀ ਆਪਣੇ ਗਾਇਕੀ ਦੇ ਨਾਲ ਔਰ ਮੈਂ ਹੀ ਗਾਣਾ ਗਾਣਾ ਹੀ ਸੀ ਮੈਂ ਪੈਦਾ ਮਤਲਬ ਇਸੇ ਇਸੇ ਵਾਸਤੇ ਹੋਈ ਸੀ ਫਿਰ ਤੁਸੀਂ ਦਰਦਸ਼ਨ ਤੇ ਰੇਡੀਓ ਤੇ ਗਾਇਆ ਉਹ ਕਿਸ ਤਰ੍ਹਾਂ ਦਾ ਸੀ ਐਕਸਪੀਰੀਅੰਸ ਓਹ ਹੋ ਹੋ ਬਹੁਤ ਅੱਛਾ ਰਿਹਾ ਕਿਉਂਕਿ ਰੇਡੀਓ ਔਰ ਟੈਲੀਵਿਜ਼ਨ ਵਾਲਿਆ ਨੇ ਨਾ ਮੈਂ ਕਹਨੀ ਆ ਵੀ ਸਾਡੇ ਟਾਈਮ ਵਿੱਚ ਇਹ ਵੀ ਸੀ ਕਿ ਇੱਕ ਅੱਜਕੱਲ ਦਾ ਜਿਹੜਾ ਅੱਜਕੱਲ ਜਿਸ ਤਰ੍ਹਾਂ ਚੈਨਲ ਚੱਲ ਪਏ ਨੇ ਇੱਕ ਇਹ ਜ਼ਿਆਦਾ ਨਹੀਂ ਸੀ ਉਦੋਂ ਤੇ ਰੇਡੀਓ ਰੇਡੀਓ ਟੈਲੀਵਿਜ਼ਨ ਦੇ ਤਕਰੀਬਨ ਕਲਾਕਾਰ ਪਹਿਲਾਂ ਉੱਥੇ ਆਉਂਦੇ ਸੀ ਕਈ ਪ੍ਰੋਗਰਾਮ ਜਿਹੜੇ ਅੱਛੇ-ਅੱਛੇ ਸੀ ਉਹਨਾਂ 'ਚ ਗਾਉਂਦੇ ਸੀ ਉਹਨਾਂ 'ਚ ਮੈਨੂੰ ਵੀ ਤਕਰੀਬਨ ਮੇਰਾ ਤਾਂ ਇਹ ਹੁੰਦਾ ਸੀ ਕਿ ਮਹੀਨੇ 'ਚ ਇੱਕ ਰਿਕਾਰਡਿੰਗ ਤਾਂ ਹੁੰਦੀ ਹੁੰਦੀ ਸੀ ਔਰ ਮੈਂ ਖੂਬ ਗਾਇਆ ਰੇਡੀਓ ਟੈਲੀਵਿਜ਼ਨ ਤੇ ਮੈਨੂੰ ਇਹਦੇ 'ਚ ਕੋਈ ਦਿੱਕਤ ਨਹੀਂ ਆਈ ਹੋ ਰਾਂਝੇ ਚੱਕ ਪਰੈਣੀ ਤੜਲੇ ਮੱਝਾਂ ਚਾਰਣ ਹੋ ਰਾਂਝੇ ਚੱਕ ਪਰੈਣੀ ਤੜਲੇ ਮੱਝਾਂ ਚਾਰਣ ਤੁਰਦੀ ਫਿਲਦੇ ਦੇ ਵਿੱਚ ਹਾਏ ਫਿਰਦੇ ਵੇੜੇ ਦੇ ਵਿੱਚ ਹੀਰ ਜਰੀ ਨਾ ਜਾਵੇ ਸਭ ਕੰਮ ਕਰੋਂਦਾ ਮਾਰਿਆ ਜੱਟੀ ਵੇਖਣਦਾ ਸਭ ਕੰਮ ਕਰੋਂਦਾ ਉਹ ਮਾਰਿਆ ਜੱਟੀ ਵੇਖਣਦਾ ਆਸ਼ਿਕ ਭੱਜ ਭੱਜ ਕੇ ਕਰਦਾ ਫਿਰੇ ਗੁਤਾਵੇ ਹਾਲੀ ਹਾਲੀ ਚਾਟੇ ਲਾਲ ਲੜਕੀ ਨਹਿਰਾਂ ਦੀ ਉਹ ਵੇਲਾ ਹੋ ਕੇ ਤੀਦੋ ਹਾਈ ਵੰਜਲੀ ਵਜਾਵੇ ਜੇ ਤੁਸੀਂ ਵਿਦੇਸ਼ਾਂ ਤੱਕ ਵੀ ਉਡਾਰੀ ਮਾਰੀ ਉੱਥੇ ਵੀ ਬਹੁਤ ਯਾਨੀ ਕਿ ਤੁਸੀਂ ਨਾਮ ਨਾਲ ਘਟਿਆ ਉਹ ਉਹ ਕਿਸ ਤਰ੍ਹਾਂ ਦਾ ਸੁਭਾਅ ਆਪਣਿਆਂ ਬੁਵਾਦ ਜਾਂਦਾ ਉਹ ਐਸਰਾ ਸੀ ਨਾ ਕਿ ਮੈਂ ਰੇਡੀਓ ਤਾਂ ਗਾਂਦੀ ਸੀ ਔਰ ਚੰਦਰ ਕਾਂਤ ਕਪੂਰ ਨੂੰ ਤਕਰੀਬਨ ਲੋਕੀ ਬਹੁਤ ਦੁਆਬ ਦੁਆਬੇ ਦੇ ਲੋਕ ਤਾਂ ਬਹੁਤ ਪਿਆਰ ਕਰਦੇ ਸੀ ਔਰ ਮੈਂ ਤਕਰੀਬਨ ਜਨੇਵੀ ਗੀਤ ਗਾਏ ਦੁਆਬੇ ਦੇ ਔਰ ਮਾਝੇ ਦੇ ਰਲ ਮੇਂ ਗੀਤ ਗਾਏ ਮੈਂ ਤੇ ਉਹ ਲੋਕ ਮੈਨੂੰ ਬੜਾ ਹੀ ਪਿਆਰ ਕਰਦੇ ਸੀ ਕਹਿੰਦੇ ਸੀ ਵੀ ਕਈ ਵਾਰੀ ਐਸਾ ਹੁੰਦਾ ਸੀ ਕਿ ਕੁੜੀਆਂ ਕਹਿ ਦਿੰਦੀਆਂ ਸੀ ਅਸੀਂ ਵਿਆਹ ਹੀ ਨਹੀਂ ਕਰਾਣੇ ਜੇ ਚੰਦਰ ਗਾਂਤਾ ਨਹੀਂ ਆਵੇਗੀ ਮਤਲਬ ਇਹ ਆਲਮ ਸੀ ਉਸ ਵੇਲੇ ਕ੍ਰੇਜ਼ ਗਾਇਕੀ ਦਾ ਕ੍ਰੇਜ਼ ਉਸ ਵੇਲੇ ਮਾਰੇ ਗੀਤ ਵੀ ਆਏ ਮਾਰੇ ਜਿਹੜੇ ਕਈ ਕਹਿ ਦਿੰਦੇ ਮ ਲਚਰਗੀ ਜੀ ਨੂੰ ਕਹਿ ਸਕਦੇ ਹੋ ਲੇਕਿਨ ਮੈਂ ਹਮੇਸ਼ਾ ਰੇਡੀਓ ਸੈਸ਼ਨ ਦੇ ਨਾਲ ਹੀ ਜੁੜੀ ਰਹੀ ਇਸ ਕਰਕੇ ਮੈਂ ਕਦੀ ਉਹੀ ਗੀਤ ਗਾਏ ਜੋ ਮੈਨੂੰ ਅੱਛੇ ਲੱਗੇ ਔਰ ਜੋ ਧੀਆਂ ਪੈਣਾ ਜਗ ਬੈਠ ਕੇ ਸੁਣੇ ਜਾ ਸਕਣ ਰਾਤੀ ਸੋਣੇ ਨਦੀਆਂ ਅੱਖੀਆਂ ਵੇ ਰਾਤੀ ਤਾਰੇ ਗਿਣਾਂ ਦੀਆਂ ਅੱਖੀਆਂ ਵੇ ਰਾਤੀ ਸੋਣੇ ਨਦੀਆਂ ਅੱਖੀਆਂ ਵੇ ਮਾਹੀ ਮੇਰੇ ਨੇ ਬਾਗ ਲਵਾਇਆ ਵਿਚ ਲਵਾਇਆ ਖਟੀਆਂ ਵੀ ਰਤੀ ਸੋਣੇ ਨ ਦੇਂਦੀਆਂ ਅੱਖੀਆਂ ਵੀ ਰਾਤੀ ਸੋਣੇ ਨ ਦੇਂਦੀਆਂ ਅੱਖੀਆਂ ਵੀ ਤੇ ਗੋਟੀ ਵੀ ਗਾਇਕ ਸੋਲੋ ਗਾਇਕੀ ਹਾਂ ਹਾਂ ਮੈਂ ਗਾਇਆ ਮੈਂ ਸਭ ਤੋਂ ਪਹਿਲਾਂ ਭਾਨ ਸਿੰਘ ਮਾਈ ਜੀ ਨਾਲ ਗਾਇਆ ਅੱਜ ਕੱਲ ਅਮਰੀਕਾ ਦੇ ਵਿੱਚ ਨੇ ਉਹ ਤੇ ਉਸ ਤੋਂ ਬਾਅਦ ਮੈਂ ਆਪਣਾ ਬਾ ਚਾਏ ਆਪਣਾ ਪੁਰੇ ਸ਼ਾ ਕੁਰਤੀ ਜੀ ਇਹਨਾਂ ਨਾਲ ਵੀ ਇਹਨਾਂ ਨੂੰ ਮੈਂ ਕਿਹਾ ਵੀ ਰਾਮ ਆਪਾਂ ਰਲ ਕੇ ਗਾਈਏ ਔਰ ਮਨੋਰ ਸਿੰਘ ਮਨੋਰ ਸਨ ਇਹਨਾਂ ਤਿੰਨਾਂ ਚਾਰਾ ਗੁਰਦੀਪ ਸਿੰਘ ਜੀ ਉਹਨਾਂ ਨਾਲ ਗਾਇਆ ਕਾਫੀ ਮੇਰੇ ਗੁਰੂ ਸਮਾਨ ਸਨ ਬਲਵੀਰ ਸਿੰਘ ਜੀ ਕਲਸੀ ਉਹਨਾਂ ਨੇ ਮੈਨੂੰ ਬਹੁਤ ਅੱਛੀ ਸੋਧ ਦਿੱਤੀ ਗਾਇਕੀ ਦੇ ਵਿੱਚ ਔਰ ਮੈਂ ਅੱਛੇ ਟੰਗ ਲਗਾਇਆ ਗਾਇਕੀ ਦੀ ਤਲਿਮ ਕਿੱਥੋਂ ਅਸਲ ਕੀਤੀ ਆ ਮੈਂ ਸ਼ੁਰੂਆਤ ਵਿੱਚ ਤਾਂ ਜਿਸ ਤਰ੍ਹਾਂ ਵੀ ਮੈਂ ਇਹ ਕਹਿੰਨਾ ਮੈਂ ਲਗਾਤਾਰ ਕੁਝ ਸਿੱਖ ਨਹੀਂ ਸਕੀ ਸਚਾਈ ਹੈ ਲੇਕਿਨ ਮੈਨੂੰ ਜਦੋਂ ਮੈਂ ਰੇਡੀਓ ਸਟੇਸ਼ਨ ਤੇ ਪਹਿਲਾਂ ਤਾਂ ਮੈਂ ਫਿਲਮੀ ਗੀਤ ਗਾਉਂਦੀ ਸੀ ਮੈਨੂੰ ਬਹੁਤ ਸ਼ੌਕ ਸੀ ਸਾਡੇ ਘਰ ਦੇ ਸਾਰੇ ਨਾ ਸਿਲੋਂ ਨਹੀਂ ਲੱਗਾ ਰਹਿੰਦਾ ਸੀ ਉਦੋਂ ਇਹ ਹੀ ਚੱਲਦਾ ਸੀ ਤੇ ਬਚਪਨ ਦੇ ਵਿੱਚ ਤੇ ਮੇਰੇ ਭੈਣਾ ਜਿਹੜੀਆਂ ਮੇਰੀਆਂ ਗਾਂਧੀਆਂ ਸੀ ਮੈਂ ਵੀ ਉਹਨਾਂ ਨਾਲ ਹੀ ਗਾਣ ਲੱਗ ਪਈ ਉਹ ਉਦੋਂ ਇਹ ਜ਼ਮਾਨਾ ਸੀ ਵੀ ਜਿਵੇਂ ਘਰਾਂ ਦੇ ਵਿੱਚ ਆਪਣਾ ਗਾਉਣ ਬਿਠਾਣੇ ਹੁੰਦੇ ਸੀ ਉਹਨਾਂ ਦੇ ਵਿੱਚ ਸੁਣ ਸੁਣ ਕੇ ਸੁਣ ਸੁਣ ਕੇ ਉਹੋ ਹੀ ਲੋਕ ਗੀਤ ਮੈਂ ਆਪਣੇ ਰੇਡੀਓ ਸਟੇਸ਼ਨ ਤੇ ਤੇ ਟੈਲੀਵਿਜ਼ਨ ਤੇ ਗਾਣੇ ਸ਼ੁਰੂ ਕੀਤੇ ਔਰ ਇਸ ਤਰ੍ਹਾਂ ਮੈਂ ਗਾਇਕੀ ਦੇ ਵਿੱਚ ਅੱਗੇ ਮੈਂ ਵਧੀ ਕਿਸ ਘੜੀਆਂ ਕੜਵਾਈਆਂ ਵੰਗਾ ਡਬਲ ਟਾਕ ਵਿੱਚ ਆਈਆਂ

ਵਿਦੇਸ਼ਾਂ 'ਚ ਕਿੱਥੇ ਕਿੱਥੇ ਤੂੰ ਗਿਆ ਵਿਦੇਸ਼ਾਂ 'ਚ ਮੈਂ ਅਮਰੀਕਾ ਅਮਰੀਕਾ 4 ਵਾਰੀ ਗਈ ਟ੍ਰਾਂਟੋ ਔਰ ਵੈਨਕੂਵਰ ਯਾਨੀ ਕਨਾਡਾ ਮੈਂ 3 ਵਾਰੀ ਗਈ ਪੈਰਿਸ ਮੈਂ 1 ਵਾਰੀ ਔਰ 1 ਵਾਰੀ ਮੈਂ ਲੰਡਨ ਯੂਕੇ ਗਈ ਉੱਥੇ ਗਿਆ ਸਭ ਤੋਂ ਪਹਿਲਾ ਮੇਰਾ ਟ੍ਰਿਪ ਸੀ 73 ਦੇ ਵਿੱਚ ਸਿੰਗਾਪੁਰ ਮਲੇਸ਼ੀਆ ਇਸ ਤਰ੍ਹਾਂ ਪਹੁੰਚਦੇ ਆ ਉੱਥੇ ਵਾ ਵਾ ਪੁੱਛਣਾ ਸਿੰਗਾਪੁਰ ਤਾਂ ਮੇਰੇ 1 ਘੰਟੇ ਦੀ ਰਿਕਾਰਡਿੰਗ ਹੋਈ ਸੀ ਇਲਾ ਲੋਕਗੀਤ ਲੋਕਗੀਤ ਹੈ ਮੈਂ ਜਿੱਥੇ ਵੀ ਗਿਆ ਲੋਕਗੀਤ ਜਿਹੜੇ ਗਾਏ ਨਾ ਉਹਨਾਂ ਲੋਕਰ ਇੱਕ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਭਾਵੇਂ ਕੁਝ ਵੀ ਗਾ ਲਓ ਲੇਕਿਨ ਜੋ ਲੋਕਗੀਤਾਂ ਦਾ ਵਿਰਸਾ ਹੈ ਨਾ ਅਮੀਰ ਹੈ ਸਾਡਾ ਮੈਂ ਸੱਚ ਕਹਨੀ ਆ ਵੀ ਮੈਂ ਹੋਰਾਂ ਦਾ ਵੀ ਹੋਵੇਗਾ ਪਰ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਉਹਨਾਂ ਦੇ ਲੋਕਗੀਤਾਂ ਚ ਹਾਲੀ ਇੰਨਾ ਮੈਂ ਗਾਇਆ ਨਹੀਂ ਔਰ ਲੇਕਿਨ ਜੋ ਪੰਜਾਬ ਦੇ ਲੋਕਗੀਤ ਹਨ ਭਾਵੇਂ ਸਾਡੇ ਅੱਜ ਦੇ ਕਲਾਕਾਰ ਬਹੁਤ ਕੁਝ ਗਾ ਰਹੇ ਨੇ ਅੱਛਾ ਗਾ ਰਹੇ ਨੇ ਲੇਕਿਨ ਜੋ ਲੋਕਗੀਤਾਂ ਵਿੱਚ ਮਜ਼ਾ ਹੈ ਨਾ ਉ ਕਿ ਸੱਚ ਨਹੀਂ ਉਹ ਜਸਤੇ ਚੰਦਰ ਕੰਤ ਜੀ ਹੁਣ ਚੈਨ ਲਾਣਾ মিডিਆ ਦਾ ਬਹੁਤ ਬੋਲਬਾਲ ਆਇਆ ਉਸ ਸਮੇਂ ਤੁਹਾਡੇ ਸਮੇਂ ਇੰਨਾ ਨਹੀਂ ਸੀ ਹੁੰਦਾ ਹਾਂ ਇਹ ਤਾਂ ਉਸ ਸਮੇਂ ਤੁਸੀਂ ਕਿਸ ਤਰ੍ਹਾਂ ਯਾਨੀ ਕਿ ਦੇਖੋ ਜੀ ਬੜੀ ਮਿਹਨਤ ਕੀਤੀ ਅੱਜ ਦਾ ਅੱਜ ਦਾ ਜਿਹੜਾ ਗਾਇਕੀ ਹੈ ਨਾ ਉਹ ਤਾਂ ਮਾਈਕ ਦੀ ਗਾਇਕੀ ਹੈ ਸਿੱਧੀ ਜੀ ਗੱਲ ਹੈ ਤੁਸੀਂ ਮਾਈਕ ਇੰਨੇ ਅੱਛੇ ਚੱਲ ਪਏ ਨੇ ਸਾੜੇ 80 ਵਿੱਚ ਮਾਈਕ ਇਹੋ ਜਿਹੇ ਹੁੰਦੇ ਸੀ ਕਿ ਪੂਰੀ ਤਾਕਤ ਨਾਲ ਗਾਣਾ ਪੈਂਦਾ ਸੀ ਮੈਂ ਦੁਬਲੀ ਪਤਲੀ ਇਸਰਈ ਸੀ ਉਦੋਂ ਵੀ ਲੇਕਿਨ ਉਹਦੇ ਨਾਲ ਯਾਨੀ ਤਾਕਤ ਨਾਲ ਗਾਈਦਾ ਸੀ ਤੇ ਔਰ ਠੋਕ ਕੇ ਗਾਈਦਾ ਸੀ ਜਿਹੜਾ ਵੀ ਗੀਤ ਗਾਣਾ ਤੇ ਉਸ ਵਕਤ ਇੰਨਾ ਹੁੰਦਾ ਸੀ ਕਿ ਗਾਣ ਦੇ ਵਿੱਚ ਸਾਨੂੰ ਪਿੰਡਾਂ ਪਿੰਡਾਂ ਚ ਗਰਾਂ ਗਰਾਂ ਸੀ ਮੈਂ ਜੀ ਦੇਖੋ ਗੰਗਾ ਨਗਰ ਬੀਕਾਨੇਰ ਮਲੋਤ ਮੁਖਸਰ ਕੋਟਕਪੂਰਾ ਤੇ ਫਰੀਦਕੋਟ ਵਗੈਰਾ ਜਿੰਨੇ ਵੀ 40 ਫੱਟਾ 20 ਫੱਟਾ ਪਤਾ ਨਹੀਂ ਕਿ ਕਿਸ 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 ਜਗ੍ਹਾ ਮੈਂ ਗਿਆ ਔਰ ਉਸ ਵਕਤ ਕੀ ਹੁੰਦਾ ਸੀ ਤੁਸੀਂ ਹੈਰਾਨ ਹੋਗੇ ਕਿ ਲੋਕੀ ਜਦੋਂ ਅਸੀਂ ਗੰਗਾ ਨਗਰ ਬੀਕਾਨਰ ਜਾ ਗਾਣ ਜਾਈਦਾ ਸੀ ਨਾ ਤੇ ਲੋਕੀ ਡਾਚੀਆਂ ਤੇ ਆਂਦੇ ਹੁੰਦੇ ਸੀ ਬੜੇ ਬੜੇ ਉਹਨਾਂ ਨੇ ਟਾਲੀਆਂ ਤੇ ਮਾਰ ਡਾਚੀਆਂ ਤੇ ਲੱਦੇ ਆਣਾ ਔਰ ਕੀ ਮਤਲਬ ਉਸ ਵੇਲੇ ਸਮਾਂ ਬੰਦਾ ਸੀ ਗਾਇਕੀ ਦਾ ਲੋਕੀ ਦੂਰ ਦੂਰ ਤੱਕ ਬੈਠੇ ਹੁੰਦੇ ਸੀ ਔਰ ਮਾਈਕ ਇਦਾਂ ਦੇ ਹੀ ਹੁੰਦੇ ਸੀ ਕੋਈ ਮਤਲਬ ਇੰਨਾ ਨਹੀਂ ਸੀ ਮਾਈਕ ਵਧੀਆ ਜੋ ਅੱਜ ਕੱਲ ਹੈ ਲੇਕਿਨ ਆਵਾਜ਼ ਇੰਨੀ ਕਿ ਉਥੋਂ ਤੱਕ ਉਸ ਮਾਈਕ ਵਿੱਚ ਅਸੀਂ ਗਾ ਲੈ ਜਾਂਦਾ ਸੀ ਇੰਨਾ ਯਾਨੀ ਮਜ਼ਾ ਆਂਦਾ ਸੀ ਉਸ ਵੇਲੇ ਗਾਇਕੀ ਦੇ ਵਿੱਚ ਸੋ ਹੁਣ ਤਾਂ ਖੈਰ ਬਹੁਤ ਹੀ মিডিਆ ਇੰਨਾ ਵਧ ਗਿਆ মিডিਆ ਵਧ ਗਿਆ ਪਲੇਟਫਾਰਮ ਵਧ ਗਏ ਨੇ ਕਲਾਕਾਰ ਨੂੰ ਬਹੁਤ ਸੌਖ ਹੈ ਇੱਕ ਸਮਾਂ ਹੈ ਹੋਰ ਇੱਕ ਚੇਂਜ ਆਈ ਹੈ ਕਿ ਅਜੇ ਕਰ ਗਾਇਕੀ ਜਿਹੜੀ ਆ ਦੇਖਣ ਦੇ ਹੋ ਗਈ ਆ ਸੁਣਨ ਨਾਲੋਂ ਜ਼ਿਆਦਾ ਉਹਦੇ ਬਾਰੇ ਤੁਹਾਡਾ ਕੀ ਹੈ ਹਾਂ ਮੈਂ ਦੇਖੋ ਕਿਸੇ ਬਾਰੇ ਕੋਈ ਕਹਿ ਨਹੀਂ ਸਕਦੀ ਕਿਉਂਕਿ ਜਦ ਅਸੀਂ ਕਲਾਕਾਰ ਦੇਖੋ ਮੇਰੀ ਗੱਲ ਸੁਣੇ ਅੱਜ ਕਲਾਕਾਰ ਤਾਂ ਕੋਈ ਨਹੀਂ ਹੁੰਦਾ ਜਦ ਤੁਸੀਂ ਮੈਂ ਇੱਕ ਗੀਤ ਤੁਹਾਨੂੰ ਸੁਣਾ ਰਹੀ ਆ ਮੈਂ ਉਹ ਅੱਛਾ ਸੁਣਾ ਰਹੀ ਆ ਬੁਰਾ ਸੁਣਾ ਰਹੀ ਆ ਮੈਂ ਐਕਟਿੰਗ ਕਰਕੇ ਗਾ ਰਹੀ ਹੈ ਜਾਂ ਮੈਂ ਜ਼ਿਆਦਾ ਮੇਕਅਪ ਤਿਆਰ ਹੋ ਕੇ ਗਾ ਰਹੀਆਂ ਜਾਂ ਬਹੁਤ ਸਾਰੇ ਮੇਰੇ ਆਸ-ਪਾਸੇ ਡਾਂਸਰ ਖੜੇ ਨੇ ਉਹਨਾਂ ਚ ਗਾ ਰਹੀ ਔਰ ਤੁਸੀਂ ਇਹ ਵੀ ਹੈਰਾਨ ਹੋਗੇ ਅਸੀਂ ਜਦੋਂ ਗਾਇਆ ਅਸੀਂ ਇਕੱਲੇ-ਇਕੱਲਿਆਂ ਨੇ ਗਾਇਆ ਸਾਡੇ ਨਾਲ ਕੋਈ ਨਹੀਂ ਹੁੰਦਾ ਸੀ ਇਕੱਲੇ ਹੀ ਗਾਈਦਾ ਸੀ ਔਰ ਇਕੱਲੇ ਗਾ ਕੇ ਸਟੇਜ ਤੇ ਕਾਮਯਾਬ ਹੋਈਦਾ ਸੀ ਲੇਕਿਨ ਹੁਣ ਇੰਨਾ ਸਹੂਲियत ਹੋ ਗਈ ਹੈ ਕੋਲ ਤੁਹਾਡੇ ਬੜੇ ਬੜੇ ਅੱਛੇ ਆਪਣਾ ਭੰਗੜਾ ਪਾਉਣ ਵਾਲੇ ਗਿੱਧਾ ਪਾਉਣ ਵਾਲੀ ਕੁੜੀਆਂ ਨੇ ਤੁਸੀਂ ਜਿੱਦਾਂ ਮਰਜੀ ਗਾ ਸਕਦੇ ਹੋ ਤੁਹਾਨੂੰ ਕੋਈ ਸਿਰਫ ਗਾਣ ਵਾਲੀ ਤੁਹਾਡਾ ਧਿਆਨ ਹੋएगा ਬਾਕੀ ਚੀਜ਼ਾਂ ਵਾਲੀ ਹੁੰਦਾ ਕਲਾਕਾਰ ਮੈਂ ਤਾਂ ਕਹਿੰਦੀ ਅੱਛੇ ਗਾ ਰਹੇ ਨੇ ਔਰ ਔਰ ਜੋ ਵੀ ਗਾ ਰਹੇ ਨੇ ਮੈਂ ਪਬਲਿਕ ਜਦ ਸੁਣਦੀ ਹੈ ਕਲਾਕਾਰ ਹਮੇਸ਼ਾ ਉਹ ਗਾਏਗਾ ਜਿਹੜਾ ਪਬਲਿਕ ਪਸੰਦ ਕਰੇਗੀ ਹੁਣ ਤੱਕ ਤੁਸੀਂ ਕਿੰਨੇ ਕਿ ਗੀਤ ਗਾ ਚੁੱਕੇ ਹੋ ਕਿੱਥੇ ਰੇਡੀਓ ਤੇ ਜਾਂ ਆਮ ਸਟੇਜਾਂ ਤੇ ਟੋਟਲ ਗੀਤ ਇਹ ਤੇ ਸਟੇਜ ਆ ਉਹ ਟੋਟਲ ਗੀਤਾ ਮੇਰਾ ਖਿਆਲ ਹਜ਼ਾਰਾਂ ਗਾ ਚੁੱਕੀ ਆ ਮੈਂ ਉਹਦੇ ਚ ਫਿਲਮੀ ਲਾ ਲਓ ਭਜਨ ਲਾ ਲਓ ਦੇਸ਼ ਪਿਆਰ ਦੇ ਗੀਤ ਲਾ ਲਓ ਰੇਡੀਓ ਦੇ ਗੀਤ ਲਾ ਲਓ ਔਰ ਜੋ ਰੇਡੀਓ ਦੇ ਗਾਣੇ ਹੋ ਮੈ ਟੈਲੀਵਿਜ਼ਨ ਤੇ ਵੀ ਗਾਣੀਆਂ ਆ ਤਕਰੀਬਨ ਮੈਂ ਗਿਣਤੀ ਤਾਂ ਨਹੀਂ ਕੀਤੀ ਲੇਕਿਨ ਮੈਂ ਕੋਈ ਕਹਿ ਨਹੀਂ ਸਕਦੀ ਕਿ ਮੈਂ ਕਿੰਨਾ ਗਾਇਆ ਰੇਡੀਓ ਤੇ ਸਾਡੀ ਰਿਕਾਰਡਿੰਗਾਂ ਬੜੀਆਂ ਚਲਦੀਆਂ ਸੀ ਜਿਸ ਤਰ੍ਹਾਂ ਸ਼ਾਇਰਾਂ ਕੋਲੋਂ ਲਿਖਾ ਕੇ ਗੀਤ ਚੱਲਨੇ ਸਾਡੀ ਰਿਕਾਰਡਿੰਗ ਹੋਣੀ ਫੀਚਰ ਰਿਕਾਰਡ ਹੋਣੇ ਬਹੁਤ ਗਾਇਆ ਔਰ ਜਦੋਂ ਲੜਾਈ ਤੇ ਜਿੰਨਾ ਵੀ ਤਾਂ ਮੈਂ ਇੰਨਾ ਗਾਇਆ ਇਹਨਾ ਹਰ ਲੜਾਈ ਦੇ ਵਿੱਚ ਮੈਨੂੰ ਉਹਨਾਂ ਨੇ ਬੁਲਾਣਾ ਔਰ ਮੇਰਾ ਨਾਮ ਹੀ ਉਹਨਾਂ ਨੇ ਵਾਰਕੁਇਨ ਰੱਖ ਦਿੱਤਾ ਸੀ ਵੀ ਮੈਂ ਤਕਰੀਬਨ ਮੇਰਾ ਖਿਆਲ ਹੈ ਡੇਲੀ ਸਾਡੀ ਰਿਕਾਰਡਿੰਗ ਹੁੰਦੀ ਸੀ ਜਿੰਨੀ ਵਾਰੀ ਵੀ ਲੜਾਈ ਹੋਈ ਹੈ ਬਾਹਲੇ ਮੁਲਕਾਂ ਦੇ ਨਾਲ ਸਾਡੀ ਜਿੰਨਾ ਜਿੰਨਾ ਨਾਲ ਹੋਈਏ ਉਦੋਂ ਵੀ ਮੈਂ ਕਾਫੀ ਗੀਤ ਅਸੀਂ ਦੇਸ਼ ਪਿਆਰ ਦੇ ਉੱਤੇ ਜਾ ਕੇ ਗਾਈ ਜਿੱਸੇ ਤੇ ਬਹੁਤ ਗਾਇਆ ਔਰ ਜਿਸ ਤਰ੍ਹਾਂ ਪਹਾੜੀ ਗੀਤ ਇਹ ਮੈਂ ਬੜੇ ਗਾਏ ਮਾਏ ਨੀ ਮੇਰੀ ਜੰਮੂ ਏ ਦਿਰਾ ਏ ਚੰਬਾ ਕਿਤਨੀ ਕੁ ਦੂ ਲੋਕ ਗੀਤ ਇੱਕ ਕੁੰਜੂਆ ਕੱਪੜੇ ਧੁਆ ਨਾਲੇ ਰੋਵਾ ਕੁੰਜੂਆ ਮੁੱਖੋਂ ਬੋਲ ਜਬਾਨੀ ਹੋ ਮੇਰੀ ਜਿੰਦੇ ਮੁੱਖੋਂ ਬੋਲ ਜਬਾਨੀ ਚੰਦਰ ਕਾਂਤ ਸਾਹਿਬ ਇਹ ਤੁਹੀਂ ਬਹੁਤ ਮਾਨ ਸਨਮਾਨਤ ਮੰਨਦੇ ਆ ਜਾਨੀ ਕਿ ਸੋਤਿਆਂ ਉਹਨਾਂ ਕੋ ਸਰਕਾਰ ਉਹਨਾਂ ਦੀ ਕੋਈ ਮਾਨ ਸਨਮਾਨ ਇਹ ਦਰ ਆ ਹੂੰ 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 ਮੈਂ ਇੱਕ ਗੱਲ ਕਵਾਂਗੀ ਮੈਂ ਕਈ-ਕਈ ਵਾਰੀ ਬਹੁਤ ਕਿ ਮੈਂ ਇੰਨਾ ਪੰਜਾਬ ਵਿੱਚ ਗਾਇਆ ਇਤਨਾ ਗਾਇਆ ਕਿ ਪਰ ਦੇਖੋ ਅੱਜ ਅੱਜ ਦਾ ਇਹ ਹੈ ਕਿ ਹਰ ਚੀਜ਼ ਵਿਕਦੀ ਹੈ ਖਰੀਦੀ ਜਾਉ ਤੁਹਾਡੇ ਜ ਖਰੀਦਣ ਦੀ ਤਾਕਤ ਹੋਣੀ ਚਾਹੀਦੀ ਹੈ ਹੁਣ ਦੇਖੋ ਕਈ ਕਲਾਕਾਰ ਪਿੱਛੋਂ ਆਏ ਲਾਈਫ ਅਚੀਵਮੈਂਟ ਪੁਰਸਕਾਰ ਮਿਲ ਗਏ ਇਹ ਮਿਲ ਗਏ ਉਹ ਮਿਲੇ ਅਸੀ ਚੰਦਰ ਕਾਂਤਾ ਜੀ ਦਾ ਕਾਰੀ ਆ ਸਾਨੂੰ ਇਹ ਹੈ ਕਿ ਮੈਨੂੰ ਸਰੋਤਿਆਂ ਨੇ ਬਹੁਤ ਪਿਆਰ ਕੀਤਾ ਮੇਰੇ ਵਾਸਤੇ ਲਾਈਫ ਅਚੀਵਮੈਂਟ ਪੁਰਸਕਾਰ ਇਹ ਹੋਈ ਹੈ ਕਿ ਮੇਰੀ ਪੰਜਾਬ ਦੀ ਜਨਤਾ ਨੇ ਮੈਨੂੰ ਬਹੁਤ ਸਵੀਕਾਰਿਆ ਮੈਂ ਸੱਚ ਕਹਿ ਰਹੀ ਹਾਂ ਮੈਂ ਕੋਈ ਨਹੀਂ ਕਿ ਤੁਸੀਂ ਮੈਂ ਕੋਈ ਬੈਠੀ ਇੰਟਰਵਿਊ ਦੇ ਰਹੀ ਹਾਂ ਮੈਂ ਤਾਂ ਕਹਿ ਰਹੀ ਹਾਂ ਲੇਕਿਨ ਮੈਂ ਕਹਿੰਨੀ ਵੀ ਮੈਨੂੰ ਬਹੁਤ ਪਿਆਰ ਦਿੱਤਾ ਅੱਜ ਵੀ ਦੇ ਰਹੇ ਨੇ ਮੇਰੇ ਇੰਟਰਵਿਊ ਜਦੋਂ ਅਮਰੀਕਾ ਕੈਨੇਡਾ ਛਪਦੇ ਨੇ ਨਾ ਉਹ ਲੋਕ ਅਗਰ ਜ਼ਰਾ ਜਿਨ ਨੂੰ ਵੀ ਮੈਨੂੰ ਤਕਲੀਫ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗੀ ਬਾਹਰ ਬੈਠੇ ਵਿਦੇਸ਼ਾਂ 'ਚ ਮੇਰੇ ਵੀਰ ਬੈਠੇ ਨੇ ਮੇਰੀ ਭੈਣਾਂ ਬੈਠੀਆਂ ਨੇ ਮੇਰੇ ਦੋਸਤ ਬੈਠੇ ਨੇ ਮੈਂ ਉਹਨਾਂ ਦਾ ਸ਼ੁਕਰੀਆਦਾ ਕਰਾਂਗੀ ਕਿ ਉਹਨਾਂ ਨੇ ਮੈਨੂੰ ਜਿਹੜੇ ਕਿ ਇੱਥੋਂ ਦੁਆਬੇ ਤੋਂ ਉੱਠ ਕੇ ਬਾਹਰ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗੀ ਔਰ ਇੱਥੇ ਪੰਜਾਬ ਵਿੱਚ ਹੁਣ ਤੁਸੀਂ ਹਾਲਾਤ ਵੇਖੋ ਕਿ ਦੁਬਾਰਾ ਫੇਰ ਮੈਂ ਪਿੰਡਾਂ 'ਚ ਜਾ ਕੇ ਗਿਆ ਐ ਔਰ ਦੁਬਾਰਾ ਫੇਰ ਹੁਣ ਮੈਂ ਆਪਣਾ ਯਾਨੀ ਜਿਹੜਾ ਚੰਦਰਕਾਂਤ ਦਾ 5-6 ਸਾਲ ਮੈਂ ਦਿੱਲੀ ਚਲੀ ਗਈ ਸੀ ਮੇਰੀ ਸਿਸਟਰ ਨੂੰ ਕੈਂਸਰ ਹੋ ਗਿਆ ਸੀ ਉਹਨਾਂ ਦੇ ਇਲਾਜ ਕਰਾਉਣ ਵਾਸਤੇ ਮੈਂ ਗਈ ਵਰਨਾ ਮੇਰਾ ਪੰਜਾਬ ਮੈਂ ਛੱਡ ਸਕਦੀ ਸੀ ਪਰ ਮੈਂ ਉੱਥੇ ਕਹਿਤਾ ਸੀ ਵੀ ਮੈਂ ਅਗਰ ਮੇਰੀ ਮੈਂ ਮਰਾਂ ਵੀ ਨਾ ਤੇ ਮੈਂ ਪੰਜਾਬੀ 'ਚ ਮਰਾਂ ਮੈਂ ਦਿੱਲੀ ਜਾਂ ਹੋਰ ਕਿਸੇ ਜਗ੍ਹਾ ਮੈਨੂੰ ਮੈਨੂੰ ਮੇਰਾ ਪੰਜਾਬ ਹੀ ਚੰਗਾ ਲੱਗਦਾ ਚਾਹੇ ਮਾੜਾ ਚਾਹੇ ਚੰਗਾ ਪਰ ਚੰਦਰਗੜ੍ਹ ਜੀ ਉਸ ਤੋਂ ਤੁਸੀਂ ਕਈ ਦਾਗ ਕੇ ਪੰਜਾਬੀ ਦੀ ਸੇਵਾ ਕੀਤੀ ਵੀ ਹੈ ਤੇ ਕਰਦੇ ਵੀ ਰਹੇ ਆ ਤੇ ਪਿੱਛੇ ਜਾਈ ਗਏ ਗੁੰਮਨਾਮੀ ਦੇ ਨੇਰੇ ਚਲੇ ਗਏ ਦਿੱਲੀ ਚਲੇ ਗਏ ਉਸ ਸਮੇਂ ਇਦਾਂ ਨਹੀਂ ਚਾਹੀਦਾ ਸਰਕਾਰ ਨੂੰ ਬਾਈਕਾਂ ਦੀ ਪਾਮ ਫੜਨੀ ਚਾਹੀਦੀ ਨਾ ਨਹੀਂ ਜੀ ਨਹੀਂ ਤੌਫਾ ਕਰੋ ਜੇ ਕੁਝ ਨਹੀਂ ਹੁੰਦਾ ਇਹ ਕਿਸੇ ਵੀ ਮੇਰੀ ਸਿਸਟਮ ਕੈਂਸਲ ਹੋਇਆ ਤੇ ਮੈਂ ਅ ਅਖਬਾਰ 'ਚ ਵੀ ਆਇਆ ਸੀ ਉਸ ਦਿਨ ਆਪਣਾ ਨਿੰਦਰ ਕੋ ਗਿਆਨਵੀ ਜੀ ਨੇ ਦਿੱਤਾ ਸੀ ਲੇਕਿਨ ਕੋਈ ਹੰਗਾਰਾ ਪੰਜਾਬੀਆਂ ਨੇ ਤਾਂ ਦਿੱ ਪੰਜਾਬ ਦੇ 'ਚ ਨਹੀਂ ਕਿਸੇ ਨੇ ਹੰਗਾਰਾ ਦਿੱਤਾ ਨਾ ਕਿਸੇ ਗਵਰਨਮੈਂਟ ਨੇ ਕੋਈ ਪੁੱਛਿਆ ਮੈਨੂੰ ਨਾ ਕਿਸੇ ਨੇ ਮੈਂ ਆਪਣੇ ਸਿਰ ਤੇ ਹੀ ਲੜਾਈ ਲੜੀ ਔਰ ਮੇਰੀ ਭੈਣ ਉਸ ਵੇਲੇ ਮੈਨੂੰ ਬੜਾ ਦੁੱਖ ਹੋਇਆ ਸੀ ਕਿ ਜਦੋਂ ਮੈਂ ਆਪਣਾ ਯਾਨੀ ਮਕਾਨ ਵੇਚ ਦਿੱਤਾ ਸਭ ਕੁਝ ਕਾਰ ਕਰਾ ਕੇ ਤੇ ਉਹਦੇ ਵਿੱਚ ਮੇਰਾ ਕਿਸੇ ਨੇ ਵੀ ਸਾਥ ਨਾ ਦਿੱਤਾ ਮੈਂ ਆਪਣੀ ਭੈਣ ਨੂੰ ਕਿਹਾ ਸੀ ਕਿ ਜਦ ਤੱਕ ਮੇਰੇ ਕੋਲ ਹਿੰਮਤ ਹੈ ਮੈਂ ਤੈਨੂੰ ਬਚਾਵਾਂਗੀ 10 ਸਾਲ ਮੈਂ ਉਹਦਾ ਇਲਾਜ ਕਰਾਇਆ ਔਰ ਉਸ ਤੋਂ ਬਾਅਦ ਉਹਦੀ ਡੈਥ ਦਿੱਲੀ ਹੋਈ ਸੀ ਪੇਰ ਵੀ ਮੈਨੂੰ ਪੰਜਾਬ ਮੋੜਨਾ ਪਿਆ ਮੈਂ ਕਿਹਾ ਵੀ ਮੈਂ ਆਪਣੇ ਪੰਜਾਬੀ ਨਾ ਨਹੀਂ ਰਹਿ ਸਕਦੀ ਮੇਰੇ ਉੱਥੇ ਸਾਰਾ ਕਿਉਂਕਿ ਮੇਰੀਆਂ ਜੜ੍ਹਾਂ ਇੱਥੇ ਨੇ ਮੇਰੀ ਗਾਇਕੀ ਇੱਥੇ ਹੈ ਹਾਂ ਤੇ ਆਪਾਂ ਹੀ ਜਿਆ ਦੂਜੀ ਪਾਰੀ ਸ਼ੁਰੂ ਕੀਤੀ ਹੈ ਜੀ ਇੱਕ ਦੂਸਰੇ ਦੁਆਰਾ ਹਾਂ 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 ਬਿਲਕੁਲ ਬਿਲਕੁਲ ਕਿਹ ਤੋਂ ਰਿਸਪੌਂਸਰ ਬਹੁਤ ਅੱਛਾ ਯਾਨੀ ਕਈ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਸੱਚਾਈ ਦੱਸਾਂ ਕਿ ਮੈਂ ਜਦੋਂ ਸੁਆਮੀ RAMDEV ਜੀ ਦੇ ਨਾਲ ਜੁੜੀ ਮੈਂ ਉਹਨਾਂ ਦੇ ਮਿਸ਼ਨ ਦੇ ਨਾਲ ਜਿਹੜੀ ਕਿ ਮੈਂ ਤਕਰੀਬਨ ਸ਼ਹੀਦਾਂ ਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਮੈਂ ਉਹਨਾਂ ਨੂੰ ਨਮਸਕਾਰ ਕਰਦੀ ਹਾਂ ਇਸ ਕਰਕੇ ਮੈਂ ਇਹਨਾਂ ਦੇ ਨਾਲ ਤਾਂ ਜੁੜੀ ਕਿ ਇਹਨਾਂ ਨੂੰ ਵੀ ਆਪਣੇ ਮੁਲਕ ਦੇ ਸ਼ਹੀਦਾਂ ਨਾਲ ਪਿਆਰ ਹੈ ਮੁਲਕ ਨਾਲ ਪਿਆਰ ਹੈ ਤੇ ਮੈਂ ਇੱਥੇ ਕੰਮ ਕੀਤਾ 3 ਸਾਲ ਹੋ ਗਏ ਮੈਨੂੰ ਲਗਾਤਾਰ ਹੀ ਕੰਮ ਕਰਦੇ ਔਰ ਪਿੰਡਾ ਪਿੰਡਾ ਜਾ ਕੇ ਗਰਾ ਉਹਦੇ ਚ ਹਾਲਾਤ ਪਤਾ ਕੀ ਹੋ ਜਾਂਦੇ ਸੀ ਅਗਰ ਮੈਂ ਹੁਸ਼ਾਰਪੁਰ ਗਈਆਂ ਤਾਂ ਸ਼ਾਹ ਕੋਟ ਵਾਲੇ ਕਹਿੰਦੇ ਸੀ ਵੀ ਚੰਦਰ ਕੰਤਾ ਮੇ ਸਾਡੇ ਪ੍ਰੋਗਰਾਮ ਦੇ ਚੰਦਰ ਕੰਤਾ ਆਵੇ ਮੈਨੂੰ ਇੰਨੀ ਖੁਸ਼ੀ ਹੁੰਦੀ ਸੀ ਕਿ ਮੈਂ ਮੁੜ ਫੇਰ ਆਪਣੀ ਉਸੇ ਆ ਰਹੀਆਂ ਔਰ ਲੋਕਾਂ ਨੇ ਮੈਨੂੰ ਬੜਾ ਸਨਮਾਨਿਤ ਕੀਤਾ ਜਦੋਂ ਬੈਠਾ ਭਗਤ ਸਿੰਘ ਖਾਰੇ ਵੇ ਤੇਰਾ ਬਾਪ ਰੁਪਈਏ ਵਾਰੇ ਵੇ ਲਟਕੀਂਦੇ ਵਾਲ ਸੁਣੀ ਦੇ ਸੁਣਿਆ ਭਗਤ ਸਿੰਘ ਤੈਨੂੰ ਕੋੜੀ ਚੜੀ ਆਜੇ ਜਿਹੜੀ ਮੈਂ ਤੁਹਾਨੂੰ ਕੋੜੀ ਸੁਣਾਈ ਭਗਤ ਸਿੰਘ ਜੀ ਦੀ ਇਹ ਤਾਂ ਲੁਕੀ ਉਥੇ ਮੈਂ ਮਕੇਰੀਆਂ 23 ਮਾਰਚ ਨੂੰ ਗਾਇਆ ਸੀ ਕੁਦਰਤ ਵੱਲੋਂ ਮੈਨੂੰ ਕਿਉਂਕਿ ਮੈਂ ਜਦੋਂ ਬਹੁਤ ਛੋਟੀ ਹੁੰਦੀ ਸੀ ਤੇ ਅਸੀਂ ਦਿੱਲੀ ਰਹਿੰਦੇ ਸੀ ਉਦੋਂ ਤੇ ਉਥੇ ਨਾ ਗੁਲੇਲੀਆਂ ਆਉਂਦੀਆਂ ਹੁੰਦੀਆਂ ਸੀ ਨਾ ਨੱਥੀ ਪਾਈ ਹੁੰਦੀਆਂ ਉਹਨਾਂ ਕੋਲੋਂ ਸੀ ਨਾ ਨਾਲੇ ਉਹਨਾਂ ਨੂੰ ਆਟਾ ਦੇਣਾ ਹੋਰ ਚੀਜ਼ਾਂ ਦੇਣੀਆਂ ਤੇ ਕਹਿੰਦਾ ਸਾਨੂੰ ਘੋੜੀ ਸੁਣਾ ਭਗਤ ਸਿੰਘ ਜੀ ਦੀ ਇਹ ਮੈਂ ਉੱਥੇ ਭਗਤ ਸਿੰਘ ਜੀ ਦੀ ਘੋੜੀ ਸੁਣ ਤੇ ਮੈਂ 23 ਮਾਰਚ ਨੂੰ ਉੱਥੇ ਗਈ ਲੋਕਾਂ ਨੇ ਇੰਨਾ ਹੁੰਗਾਰਾ ਦਿੱਤਾ ਹੁਣ ਸਾਮੀ ਰਾਮਦੇਵ ਜੀ ਜਦੋਂ ਆਏ ਆ ਫੇਰ ਮਕੇਰੀਆਂ ਤੇ ਉਦੋਂ ਵੀ ਉਹ ਲੋਕਾਂ ਦੀ ਫਰਮਾਇਸ਼ ਚੰਦਰਕੰਤਾ ਜੀ ਉਹ ਕਾ ਔਰ ਉਹ ਲੋਕੇ ਕਹਿ ਦਿੰਦੇ ਵੀ ਚੰਦਰਕੰਤਾ ਨਹੀਂ ਸਾਡੀ ਆ ਰਹੀ ਹੈ ਕਿ ਨਹੀਂ ਉਹ ਕਹਿੰਦਾ ਹਾਂ ਹਾਂ ਆ ਰਹੀ ਹੈ ਠੀਕ ਹੈ ਠੀਕ ਹੈ ਫੇਰ ਤਾਂ ਠੀਕ ਹੈ ਯਾਨੀ ਮੈਨੂੰ ਫੇਰ ਭੱਜ ਆਵੀਆਂ ਨੇ ਅਸੈਪਟ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗੀ ਤੇ ਜਨਰੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਜਿੱਦ ਤੱਕ ਪੰਜਾਬੀ ਦੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਤੇ ਨਵੇਂ ਗਾਇਕਾਂ ਨੂੰ ਨਵੇਂ ਗਾਇਕਾਂ ਦੇ ਕੋਈ ਸੁਨੇਹਾ ਕੋਈ ਕਹਿਣਾ ਚਾਹੁੰਦੇ ਦੇਖੋ ਜੀ ਹਰ ਗਾਇਕ ਇੱਕ ਸੋਧ ਲੈ ਕੇ ਇੱਕ 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 ਦਿਮਾਗ ਦੀ ਸੋਚ ਲੈ ਕੇ ਆਂਦਾ ਫੀਲਡ ਵਿੱਚ ਤੇ ਮੈਂ ਕਹਿੰਨੀ ਆ ਹੋ ਸਕਦਾ ਉਹ ਆਪਣੀ ਸੋਚ ਦੇ ਮੁਤਾਬਿਕ ਉਹ ਸਹੀ ਹੋ ਹੈਨਾ ਸਾਡੇ ਵਿਚਾਰ ਫਿਰ ਵੀ ਅਸੀਂ ਜੋ ਪਹਿਲਾਂ ਦੇਖਿਆ ਲੇਕਿਨ ਇੱਕ ਜ਼ਰੂਰ ਕਹਾਂਗੀ ਕਿ ਜੋ ਸਾਡਾ ਯੁੱਗ ਸੀ ਉਹ ਇੱਕ ਸਵਰਨ ਯੁੱਗ ਸੀ ਕੀ ਬਾਤ ਸੀ ਜੀ ਉਹਨਾਂ ਦੀ ਤੇ ਹੁਣ ਵੀ ਕਲਾਕਾਰ ਗਾ ਰਹੇ ਨੇ ਬਹੁਤ ਅੱਛਾ ਗਾ ਰਹੇ ਨੇ ਔਰ ਬੜੀ ਅੱਛੇ ਅੱਛੇ ਕਲਾਕਾਰ ਪੈਦਾ ਹੋ ਰਹੇ ਨੇ ਮੈਂ ਕਈ ਇੱਕ ਦਾ ਨਾਂ ਲਾਂ ਕੋ ਦੂਜਾ ਕਹਿਗਾ ਮੇਰਾ ਨਹੀਂ ਲਿਆ ਲੇਕਿਨ ਮੈਂ ਕਹਿੰਨੀ ਕਿ ਬਹੁਤ ਅੱਛੇ ਕਲਾਕਾਰ ਪੈਦਾ ਹੋ ਰਹੇ ਨੇ ਔਰ ਬਹੁਤ ਸੁਰੀਲਾ ਗਾ ਰਹੇ ਨੇ ਅੱਛਾ ਗਾ ਰਹੇ